ਦੁਨੀਆ ਤੇ ਬਹੁਤ ਘੱਟ ਲੋਕ ਪੈਦਾ ਹੁੰਦੇ ਹਨ ਜੋ ਆਪਣਾ ਆਪ ਕੌਮ ਤੋਂ, ਸਮਾਜ ਤੋਂ, ਦੇਸ਼ ਤੋਂ ਵਾਰ ਦਿੰਦੇ ਹੋਣ। 14 ਜਨਵਰੀ 1886 ਨੂੰ ਮਾਤਾ ਅਤਰੀ ਦੀ ਕੁੱਖੋਂ ਪਿਤਾ ਹਰਨਾਮ ਦਾਸ ਜੀ ਦੇ ਗ੍ਰਹਿ ਵਿਖੇ ਉਸ ਸੂਰਮੇ ਨੇ ਮੂੰਗੋਵਾਲ ਦੀ ਧਰਤੀ ਤੇ ਪਹਿਲਾ ਸਾਹ ਲਿਆ, ਜਿਹਨੂੰ ਲੋਕ ਇਤਿਹਾਸ ਦੇ ਸੁਨਹਿਰੀ ਪੰਨਿਆਂ ਵਾਂਗ ਯਾਦ ਰੱਖਣਗੇ। ਜ਼ਿਲ੍ਹਾ ਹੁਸ਼ਿਆਰਪੁਰ ਦੇ ਮੂੰਗੋਵਾਲ ਵਿੱਚ ਸੱਚ ਦਾ ਚੰਦਰਮਾ ਚੜ੍ਹਿਆ, ਜਿਹਨੂੰ ਅੱਜ ਸਾਰਾ ਦੇਸ਼ ਯਾਦ ਕਰਦਾ ਹੈ। ਅੱਜ ਉਹਨਾਂ ਦੀ ਕੀਤੀ ਕੁਰਬਾਨੀ ਅਤੇ ਦੇਸ਼ ਦੀ ਸੇਵਾ ਲਈ ਡੋਲੇ ਹੋਏ ਖੂਨ ਦੀ ਇੱਕ ਇੱਕ ਬੂੰਦ ਚੋਂ ਇਹੋ ਆਵਾਜ਼ ਆਉਂਦੀ ਹੈ, ਸਾਡੇ ਹੱਕ ਇੱਥੇ ਰੱਖ। ਉਸ ਯੋਧੇ ਦੀ ਸੱਚੀ ਸੁੱਚੀ ਕਮਾਈ ਤੇ ਸ਼ਾਨ ਦੀ ਗੱਲ ਤੀਰਥ ਸਮਰਾ ਜੀ ਆਪਣੀ ਕਲਮੋਂ ਇਉਂ ਲਿਖਦੇ ਹਨ ਤੇ ਗਾਇਆ ਹੈ ਨੀਲਮ ਠੱਕਰਵਾਲ ਨੇ। ਦੇਖ।